तस्वीरां बठिंडा दियां ने बीते दिनी महानगर दे विच पई मोलाधार वर्खा दे कारण शहर दियां सड़कां फिर जलथल हो गईयां ने। समय समय दियां सरकारां दे वल्लों कीते गए विकास दे दावे ठोस हुंदे विखाई दित्ते। बठिंडा शहर पानी दे विच डुब गया अते हड़ां वर्गे हालात बन गए। जिथे सड़कां ते कई कई फुट पानी खड़ गया उत्थे ही अपनी अपनी मंजिलां वल वधदे कई वाहन कई कई फुट खड़े पानी दे विच बंद हो गए। भावे की मीह कारण लोगों नूं गर्मी तो राहत मिली है पर कई कई फुट खड़े पानी के कारण आम लोगों दी दिक्कतां होर ज्यादा वध गईयां ने। कई जगह ते पुट्टियां होईयां सड़कां दा पिया मलबा ते होर पए खड्डे लोगों लई होर भी दिक्कतां पैदा कर रहे ने, जदों कि कई जगह ते सीवरेज दा ओवरफ्लो होण दे कारण मीह दे पानी दे विच गंदे पानी दा रला हो गया। कई कई फुट खड़े पानी दे विचों पैदल लंघना मुश्किल हो गया। इत्थों तक कि कई इलाकियां दे विच तां घरां ते दुकानां दे विच पानी दाखिल हो गया। सिरकी बाजार, माल रोड, पावर हाउस रोड, सिविल लाइंस इलाके, टीचर्स होम वाली गली, गुरु नानकपुरा मोहल्ला, मॉडल टाउन, अमरीक सिंह रोड दे इलावा होर कई इलाकियां दे विच इन्ना पानी जमा हो गया कि उत्थों दे लोकां नूं अपने घरां दे विच बंद होना पै रिहा है अते इन्हां सड़कां ते लंघण वाले लोग मुसीबतां दे नाल घिर गए ने। सिरकी बाजार, पावर हाउस रोड, परसराम नगर दे विच तां दुकानदारां नूं अपनियां दुकानां ही बंद करनियां पईयां, जदों कि रिक्शा चालक सवारियां नूं ले जाण दे लई तय रेट दे नालों ज्यादा पैसे लैंदे विखाई दित्ते। दस्सियों गए कि समें समें दियां सरकारां दे वल्लों कीते गए विकास दे वड्डे वड्डे दावे एक बार फिर ठोस हुंदे जरूर विखाई दित्ते ने। ਸਾਡੇ ਬਾਜ਼ਾਰ ਦੇ ਵਿੱਚ ਸਾਡੇ ਬਾਜ਼ਾਰ 'ਤੇ ਪੰਜ ਪੰਜ ਐਮ ਸੀ ਤੁਰੇ ਫਿਰਦੇ ਆ ਜੀ। ਪੰਜ ਐਮ ਸੀ ਆਏ ਹੋਏ ਸਾਡੇ ਬਾਜ਼ਾਰ 'ਤੇ ਪਾਣੀ ਦੀ ਨਿਕਾਸੀ ਵਾਸਤੇ। ਪਿਛਲੇ ਗੇੜੇ ਵਾਲਾ ਮੀਂਹ ਪਏ 11:30 ਤੱਕ 2:30 ਵਜੇ ਬਾਜ਼ਾਰ ਖਾਲੀ ਹੋ ਗਿਆ ਸੀਗਾ। ਹੁਣ ਜਿਹੜਾ ਮੀਂਹ ਕੁਦਰਤੀ ਜ਼ਿਆਦਾ ਥੋੜ੍ਹਾ ਜਿਹਾ ਮੀਂਹ ਬਹੁਤ ਜ਼ਿਆਦਾ ਪੈ ਗਿਆ, ਮੀਂਹ ਪੈਣੇ ਕਰਕੇ ਪਾਣੀ ਜ਼ਿਆਦਾ ਖੜ ਗਿਆ, ਪਰ ਸਾਡੇ ਬਾਜ਼ਾਰ 'ਚ ਮੋਟਰਾਂ, ਟਰੈਕਟਰ, ਬਰਮਾ ਸਾਰਾ ਕੁਝ ਚਾਲੂ ਹੈ। ਅਤੇ ਕਦੋਂ ਤੱਕ ਨਿਕਲ ਜੂਗਾ ਪਾਣੀ ਦੀ ਸੰਭਾਵਨਾ? 8-9 ਵਜੇ ਤੱਕ ਬਾਜ਼ਾਰ ਵਿਹਲਾ ਹੁੰਦੀ, 8-9 ਵਜੇ ਬਾਜ਼ਾਰ ਵਿਹਲਾ ਹੋ ਜੂਗਾ ਜੇ ਮੀਂਹ ਨਹੀਂ ਆਉਂਦਾ। ਜੇ ਮੀਂਹ ਆਉਂਦਾ ਤਾਂ ਫਿਰ ਸੁਬਾਹ ਤੱਕ ਜਾਂ ਰਾਤ ਦੇ 12-1 ਵਜੇ ਤੱਕ ਪਾਣੀ ਨਿਕਲੂਗਾ। ਸਾਡੇ ਬਾਜ਼ਾਰ 'ਚ 5-5 ਐਮ ਸੀ ਮਤਲਬ ਕਿ ਪਾਣੀ ਦੀ ਨਿਕਾਸੀ ਵਾਸਤੇ 5 ਐਮ ਸੀ ਆਏ ਹੋਏ ਆ ਬਾਜ਼ਾਰ। ਹਾਂਜੀ, ਕੀ ਨਾਮ ਹੈ ਜੀ ਆਪਣਾ? ਚਰਨਜੀਤ ਸਿੰਘ ਭੁੱਲਰ ਜੀ, ਵਾਰਡ ਨੰਬਰ 25 ਤੋਂ। ਮੇਰੀ ਧਰਮ ਪਤਨੀ ਕੌਂਸਲਰ ਕਮਲਜੀਤ ਕੌਰ ਜੀ। ਠੀਕ ਹੈ ਜੀ। ਅਤੇ ਮੈਂ ਡਿਊਟੀ ਨਿਭਾ ਰਿਹਾ ਵਾਰਡ ਵਿੱਚ। ਇਹ ਆਪਣੇ ਅੱਜ ਕਿੰਨੀਆਂ ਮੋਟਰਾਂ ਲੱਗੀਆਂ ਜੀ ਪਾਣੀ ਨਿਕਾਸੀ ਲਈ? 2 ਤਾਰ ਲੱਗੀਆਂ ਸਰ ਜੀ। ਹਾਂਜੀ, 3 ਉੱਧਰ ਨੇ ਜੀ। ਠੀਕ ਹੈ। ਉਹ 3 ਤੋਂ ਅਸੀਂ 2 ਚਲਾਉਂਦੇ ਹਾਂ, ਕੋਈ ਇੱਕ ਮੋਟਰ ਜੇ ਗਰਮ ਹੋ ਜਾਂਦੀ ਹੈ ਇੱਕ ਅਸੀਂ ਸਪੇਅਰ ਰੱਖਦੇ ਹਾਂ। ਠੀਕ ਹੈ। ਉਹ ਤੋਂ ਸਾਡੇ 4 ਮੋਟਰਾਂ ਚੱਲ ਰਹੀਆਂ ਸਰ। ਠੀਕ ਹੈ ਜੀ। ਅਤੇ ਇਹ ਅੱਜ ਕਿੰਨੇ ਕਦੋਂ ਤੱਕ ਪਾਣੀ ਨਿਕਲ ਜੂਗਾ ਜੀ? ਦੇਖੋ ਜੀ, ਇਹ ਪਰਮਾਤਮਾ ਰੰਗ ਨੇ ਜੀ, ਬਰਸਾਤ ਤਾਂ ਕੁਦਰਤੀ ਦੇਣ ਹੈਗੀ ਦੱਸ ਦਿਓ। ਸਾਡੇ ਜੀਵ ਜੰਤੂ ਪਸ਼ੂ ਜਿਹੜੇ ਵਿਚਾਰੇ ਗਰਮੀ ਨਾਲ ਮਾਰੇ ਸਨ, ਪਿਆਸੇ ਮਾਰੇ ਸਨ, ਈਵਨ ਕਿ ਸਾਡੇ ਲੋਕ ਵਿਚਾਰੇ ਗਰਮੀ ਨਾਲ ਮਾਰੇ ਸਨ, ਇਹ ਅਸੀਂ ਰੱਬ ਦਾ ਸ਼ੁਕਰਾਨਾ ਕਰਦੇ ਹਾਂ ਵੀ ਜਿਹੜੇ ਬਰਸਾਤ ਪਾਤੀ ਰੱਬ ਨੇ ਬਹੁਤ ਕੀਤਾ ਹੈਗਾ। ਬਾਕੀ ਪਾਣੀ ਦਾ ਸਮੱਸਿਆ ਹੈ, ਇਹ ਪਾਣੀ ਅੱਜ ਬਰਸਾਤ ਬੜੀ ਬਹੁਤ ਜ਼ਿਆਦਾ ਮੋਟੀ ਬਰਸਾਤ ਪਈ ਹੈਗੀ ਹੈ। ਸੋ ਇਹ ਜੋ ਪਾਣੀ ਹੈ ਅਸੀਂ ਕਮਿਟਮੈਂਟ ਕਰਦੇ ਹਾਂ, ਇਹ ਸ਼ਾਮ ਨੂੰ 8 ਵਜੇ ਤੱਕ 9 ਵਜੇ ਤੱਕ ਪਾਣੀ ਨਿਕਲ ਜਾਵੇਗਾ। ਸਾਡਾ ਸਾਰਾ ਪ੍ਰਸ਼ਾਸਨ, ਸਾਡਾ ਆਗੋ ਵੀ ਪੰਚੀ ਵੀ ਕੌਂਸਲ ਸਾਹਿਬ, ਸੋਨੂ ਜੀ, ਮੈਂ ਅਤੇ ਆਪਣੇ ਸਾਡੇ ਮੇਘਾ ਜੀ, ਸੰਜੇ ਬਸਵਾਲ ਜੀ, ਅਸੀਂ 5 ਕੌਂਸਲਰ ਅਸੀਂ ਇੱਥੇ ਖੜੇ ਹਾਂ। ਅਸੀਂ ਆਪਦੀ ਡਿਊਟੀ ਇਮਾਨਦਾਰ ਨਿਭਾ ਰਹੇ ਹਾਂ। ਸਾਡੇ ਨਾਲ ਜੋੜਾ ਸਾਹਿਬ ਜੀ, ਐਕਸ਼ਨ ਸਾਹਿਬ, ਸਾਡੇ ਅੰਕੁਰ ਜੀ, ਸਾਰੇ ਜੋੜਾ ਸਾਹਿਬ, ਐਕਸ਼ਨ ਸਾਹਿਬ, ਤੁਸੀਂ ਇੱਧਰ 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 ਆਪਣੇ ਇੱਧਰ ਸਰ ਇੱਧਰ ਇੱਧਰ ਇੱਧਰ, ਹਾਂਜੀ, ਸਾਰਾ ਪ੍ਰਸ਼ਾਸਨ ਇੱਥੇ ਮੌਜੂਦ ਹੈ ਜੀ। ਇਹ ਹਦਾਇਤ ਹੈ ਸਾਡੇ ਅਰੁਣ ਪ੍ਰਧਾਨ ਜੀ ਦੀ, ਜੋਤ ਸਾਹਿਬ ਜੀ ਦੀ, ਸਾਡੇ ਸਿਕਤਾਰ ਵੀਰ ਜੀ ਦੀ, ਜੋ ਸਾਡੇ ਫੌਜ ਜੀ ਨੇ, ਉਹਨਾਂ ਨੂੰ ਸਾਨੂੰ ਇਸ ਗੱਲ ਕਿ ਵੀ ਜਦੋਂ ਵੀ ਮੀਂਹ ਪੈਂਦਾ ਹੈਗਾ ਤੁਸੀਂ 10 ਮਿੰਟ ਪਹਿਲਾਂ ਜਾ ਕੇ ਮੋਟਰਾਂ ਸ਼ੁਰੂ ਕਰਾ ਦਿਆ ਕਰੋ। ਅਸੀਂ ਮੀਂਹ ਪੈਣ ਤੋਂ ਪਹਿਲਾਂ ਅਸੀਂ ਮੋਟਰ ਚਲਾ ਦਿੱਤੇ। ਠੀਕ ਹੈ।